ਸੁਬਹ ਤੱਕ ਹੈ ਆ ਕੇ ਪਾਣੀ ਡੁੱਲੀ ਜਾਂਦਾ ਰਾਮ ਰਾਮ ਜੀ ਕੈਸੇ ਹੋ ਜੀ ਹੈਲੋ ਗੁੱਡ ਮਾਰਨਿੰਗ ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਚੰਡੀਗੜ੍ਹ ਦਾ ਵੈਦਰ ਦੇਖ ਲਓ ਘੁੰਮਣ ਘੇਰੀ ਬੱਦਲਾਂ ਨੇ ਪਾਈ ਹੋਈ ਹੈ ਸਾਹਿਬ ਜੀ ਧੋ ਰਹੇ ਆ ਗੱਡੀ ਬੜੀ ਖੁਸ਼ੀ ਖੁਸ਼ੀ ਗੱਡੀ ਧੋਈ ਜਾ ਰਹੇ ਹੈ ਇਹ ਨਹੀਂ ਪਤਾ ਇੰਦਰ ਦੇਵਤਾ ਜੀ ਬਰਸਣ ਵਾਲੇ ਹੈ ਮੇਰੀ ਜਾਂ ਮੇਰੀ ਜਾਂ ਮੇਰੀ ਜਾਂ ਦੋਨੋਂ ਕੀ ਮੁਲਾਕਾਤ ਨਸ਼ੀਲੀ ਤੂੰ ਵੀ ਆ ਕਰ ਲੇ ਨਸ਼ਾ ਮੇਰੀ ਜਾਂ ਮੇਰੀ ਜਾਂ ਮੇਰੀ ਜਾਂ ਮੇਰੀ ਜਾਂ ਮੇਰੀ ਜਾਂ ਮੇਰੀ ਜਾਂ ਹੈਲੋ ਜੀ ਸ਼ੁਰੂ ਹੋ ਗਿਆ ਵਾਹ ਜੀ ਵਾਹ ਮੀਂਹ ਪੈਣਾ ਅਤੇ ਸਾਡੇ ਮਿੱਠੂ ਮਹਾਰਾਜ ਜੀ ਕੀ ਕਰੀ ਜਾਂਦੇ ਹੈ ਸਾਡੇ ਮਿੱਠੂ ਮਹਾਰਾਜ ਜੀ ਕੀ ਕਰੀ ਜਾਂਦੇ ਹੈ ਹੈਨਾ ਮਿੱਠੂ ਇਹ ਮਿੱਠੂ ਨੂੰ ਦਵਿੰਦਰ ਕੌਰ ਜੀ ਤੁਸੀਂ ਕਿਹਾ ਕਿ ਮਿੱਠੂ ਨੂੰ ਡਾਂਟਿਆ ਨਾ ਕਰੋ ਹੈ ਇਹ ਡਾਂਟੇ ਬਿਨਾਂ ਠੀਕ ਆਉਂਦਾ ਇਹ ਦੇਖ ਲਓ ਇਹ ਹੁਣ ਜ਼ਿਆਦਾ ਹੀ ਸਿਆਣਾ ਬਣ ਗਿਆ ਵੱਡਾ ਹੋ ਕੇ ਹੈਲੋ ਰਜਨੀ ਜੀ ਤੁਹਾਡੇ ਅੱਜ ਬੇਟੇ ਦਾ ਬਰਥਡੇ ਹੈ ਹੈਪੀ ਬਰਥਡੇ ਪ੍ਰਥਮ ਬੇਟਾ ਗੋਡ ਬਲੈਸ ਯੂ ਪਰਮਾਤਮਾ ਤੈਨੂੰ ਬਹੁਤ ਬਹੁਤ ਖੁਸ਼ੀਆਂ ਦੇਵੇ ਬਹੁਤ ਤਰੱਕੀਆਂ ਦੇਵੇ ਸਟੱਡੀ ਕਰਦੇ ਹੋ ਤਾਂ ਸਟੱਡੀ ਦੇ ਵਿੱਚ ਦੇਵੇ ਹੈ ਨਾ ਹੈਲਥ ਠੀਕ ਰੱਖੇ ਅਤੇ ਹੁਣ ਚੱਲੀਏ ਆਪਾਂ ਅੰਦਰ ਕਿਸ ਤਰ੍ਹਾਂ ਅੱਜ ਬਰਥਡੇ ਮਨਾਓਗੇ ਜ਼ਰੂਰ ਸ਼ੇਅਰ ਕਰਿਓ ਠੀਕ ਹੈ ਮੈਂ ਇਹ ਸੋਚਿਆ ਸੀ ਮੈਂ ਕਿਹਾ ਅੱਜ ਇਹ ਵਾਲਾ ਅਸੀਂ ਸਟੋਰ ਰੂਮ ਸਾਫ਼ ਕਰਾਂਗੇ ਇੱਕ ਘੰਟਾ ਲਗਾ ਦਾਂਗੇ ਹੈ ਨਾ ਜਿਹੜਾ ਐਕਸਟਰਾ ਕੋਈ ਸਮਾਨ ਹੈ ਇੱਕ ਸਾਈਡ 'ਤੇ ਰੱਖ ਦਾਂਗੇ ਪਰ ਮੀਂਹ ਦਾ ਮੌਸਮ ਹੋ ਰਿਹਾ ਦੇਖਦੇ ਅੱਗੋਂ ਅਸੀਂ ਕੀ ਕਰਨਾ ਹੈਗਾ ਛੁੱਟੀ ਵਾਲੇ ਦਿਨ ਇਹੀ ਫਾਇਦਾ ਹੁੰਦਾ ਹੈ ਨਾ ਇਹਨਾਂ ਦਾ ਫਾਇਦਾ ਲੈਣਾ ਚਾਹੀਦਾ ਨਹੀਂ ਲਓ ਜੀ ਅੱਜ ਸਾਡੀ ਸੀਮਾ ਦੀ ਗੱਲ ਸੁਣੋ ਤੁਸੀਂ ਜ਼ਰਾ ਬਹੁਤ ਇਹ ਵਧੀਆ ਗੱਲਾਂ ਕਰਦੀ ਹੈ ਲੈ ਸੀਮਾ ਦੱਸ ਜ਼ਰਾ ਦੱਸ ਦੇ ਕਿਹੜੀ ਸੁਵਿਧਾ ਮਿਲੀ ਹੈ ਹਾਂ ਜਬ ਸੇ ਮੋਦੀ ਹੁਆ ਹੈ ਤਬ ਸੇ ਬਹੁਤ ਸੁਵਿਧਾ ਮਿਲੀ ਹੈ ਲੜਕੀਆਂ ਦੇਖੋ ਡਰਾਈਵਰ ਹੈ ਕੰਡਕਟਰ ਹੈ ਔਰ ਰੋਡੋ ਪਰ ਚਲਤੀ ਡਰਤੀ ਨਹੀਂ ਹੈ ਬੜੀਆ ਇਸੇ ਕਰਕੇ ਚਲਤੀ ਹੈ ਮਰਦ ਸੇ ਨਹੀਂ ਡਰਤੀ ਚਾਹੇ ਰਾਤ ਕੇ 8 ਵਜੇ ਆਰਾਮ ਸੇ ਚਲਤੀ ਰਹਤੀ ਹੈ ਹਾਂ ਤੋ ਅਬ ਪਹਿਲੇ ਕਾ ਜ਼ਮਾਨਾ ਐਸਾ ਥਾ ਤੋ ਡਰ ਡਰ ਕੇ ਚਲਤੀ ਥੀ ਜਨਾਨੀਆਂ ਹਾਂ ਰਾਤ ਹੋ ਗਈ ਘਰ ਮੇ ਚਲੋ ਘਰ ਮੇ ਚਲੋ ਹਾਂ ਅਬ ਨਹੀਂ ਡਰ ਰਹੇ ਇਹ ਦੇਖ ਲਓ ਇਹ ਸਾਰੀਆਂ ਗੱਲਾਂ ਮੈਨੂੰ ਸੀਮਾ ਦੱਸ ਕੇ ਜਾਂਦੀ ਹੈਗੀ ਹੈ ਵੈਸੇ ਤਾਂ ਸਾਰੇ ਰੂਲ ਪਤਾ ਹੈ ਪਰ ਇਹਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੈ ਕਹਿੰਦੇ ਹੁਣ ਜਨਾਨੀਆਂ ਡਰਦੀਆਂ ਨਹੀਂ ਹੈ ਹਾਂ ਰਾਜ ਆਇਆ ਰਾਜ ਮਤ ਲੋਕ ਨਾ ਬਸ ਹੈ ਠਾਕ ਮਤ ਲੋਕ ਹਾਂ ਉਸਕਾ ਕੀ ਮਤਲਬ ਕਿਸੇ ਕੇ ਭਰੋਸੇ ਨਹੀਂ ਹਮ ਖੁਦ ਖਾਕ ਮਾ ਰਹੇ ਹਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਜਾਣੇ ਕੰਮ ਸਾਰਾ ਹੋ ਚੁੱਕਿਆ ਉਹੀ ਰੂਟੀਨ ਦਾ ਹੀ ਕੰਮ ਸੀਗਾ ਜਿਹੜਾ ਮੈਂ ਰੋਜ਼ ਕਰਦੀ ਹੈਗੀ ਹਾਂ ਬਸ ਹੁਣੀ ਸੀਮਾ ਸਫਾਈ ਕਰਕੇ ਗਈ ਹੈਗੀ ਹੈ ਅਤੇ ਬਸ ਮੈਂ ਚੱਲੀ ਸੀਗੀ ਨਹਾਉਣ ਵਾਸਤੇ ਵੈਸੇ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਹੈ ਨਾ ਸ਼ੇਅਰ ਕਰਦੀ ਰਹਿੰਦੀ ਹਾਂ ਕੋਈ ਵੀ ਗੱਲਾਂ ਕੋਈ ਵੀ ਚੀਜ਼ਾਂ ਜਿਸ ਤਰ੍ਹਾਂ ਆਪਣੀ ਲਾਈਫ ਬਾਰੇ ਹੈ ਨਾ ਅਤੇ ਜਿਹੜਾ ਇਨਸਾਨ ਦੁਖੀ ਹੁੰਦਾ ਨਾ ਜਵਾਬ ਉਹੀ ਦਿੰਦਾ ਮੈਸੇਜ ਦੇ ਵਿੱਚ ਹੈ ਨਾ ਅਤੇ
ਮਤਲਬ ਮੈਂ ਜਿਸ ਤਰ੍ਹਾਂ ਬੋਲਦੀ ਹੁੰਦੀ ਹਾਂ ਕਿ ਮੈਂ ਇਹ ਕੋਈ ਕੰਮ ਨਾ ਵਿਊਜ਼ ਪਿੱਛੇ ਨਹੀਂ ਲੈ ਰਹੀ ਹੈਗੀ, ਅਤੇ ਜਿਹੜੀ ਵਿਆਹ ਤੋਂ ਬਾਅਦ ਵਾਲੀ ਜਿਹੜੀ ਜਿਸ ਲੜਕੀ ਦੀ ਹੈ ਨਾ ਲਾਈਫ ਬਿਲਕੁਲ ਅਪਸੈਟ ਹੋ ਜਾਂਦੀ ਹੈ, ਉਹਦੇ ਪੇਰੈਂਟਸ ਉਹਦੇ ਨਾਲ ਨਹੀਂ ਹੁੰਦੇ, ਕਿਉਂ ਨਹੀਂ, ਉਹ ਮਜਬੂਰ ਹੁੰਦੇ ਹੈ ਅਤੇ ਇਨ ਲੋਜ਼ ਉਸ ਟਾਈਮ ਕਰ ਰਹੇ ਹੁੰਦੇ ਆ, ਅਤੇ ਉਸ ਟਾਈਮ ਪੇਰੈਂਟਸ ਨਹੀਂ ਆ ਸਕਦੇ, ਪਹੁੰਚ ਨਹੀਂ ਪਾਉਂਦੇ ਕਿਉਂਕਿ ਲੜਕੀ ਇੰਨੀ ਦੂਰ ਹੁੰਦੀ ਹੈ, ਹੈ ਨਾ, ਅਤੇ ਇਹ ਸਾਰੀਆਂ ਗੱਲਾਂ ਮੈਂ ਇਸ ਕਰਕੇ ਸ਼ੇਅਰ ਕਰਦੀ ਹਾਂ ਕਿਉਂਕਿ ਮੈਂ ਆਪਣੀ ਜਿਹੜੀ ਲੜਾਈ ਹੈ ਨਾ ਮੈਂ ਖੁਦ ਲੜ ਰਹੀ ਹਾਂ, ਪਰਮਾਤਮਾ ਦੇ ਸਹਾਰੇ, ਇਕੱਲੀ ਨਹੀਂ ਮੈਂ ਲੜ ਰਹੀ, ਪਰਮਾਤਮਾ ਦੇ ਸਹਾਰੇ ਲੜ ਰਹੀ ਹੈਗੀ ਹਾਂ, ਅਤੇ ਮੈਂ ਕਿਸੇ ਦਾ ਵੀ ਨਾਮ ਨਹੀਂ ਲਊਂਗੀ, ਹੈ ਨਾ, ਕਿ ਕੋਈ ਮੇਰੇ ਨਾਲ ਹੈ ਨਹੀਂ ਹੈ, ਅਤੇ ਨਾ ਹੀ ਮੈਂ ਖੁਦ, ਅਗਰ ਮੇਰੇ ਨਾਲ ਚਾਰ ਰਿਸ਼ਤੇਦਾਰ ਵੀ ਖੜ ਜਾਣ ਬੁਲਾਵਾਂ ਤਾਂ ਮੈਂ ਆ ਜਾਣਗੇ, ਨਿਚੋੜ ਕੀ ਕੱਢਣਾ ਜੋ ਸਾਡਾ ਖੁਦ ਦਾ ਫੈਸਲਾ ਹੋਊਗਾ, ਠੀਕ ਹੈ। ਜਿਸ ਤਰ੍ਹਾਂ ਤੁਹਾਨੂੰ ਪਤਾ ਡਿਸਕਸ ਚੱਲ ਰਹੀ ਹੈਗੀ ਹੈ ਕਿ ਮੇਰੇ ਮਦਰ ਇਨ ਲਾਅ ਦਾ ਜਿਹੜਾ ਫੈਸਲਾ ਸੀ ਬਿਲਕੁਲ ਲਾਸਟ ਸਟੇਜ 'ਤੇ, ਹੈ ਨਾ, ਜਦੋਂ ਮਤਲਬ ਮੇਰੇ ਮਦਰ ਇਨ ਲਾਅ ਆ ਗਏ ਸੀਗੇ, ਅਤੇ ਉਸ ਟਾਈਮ ਵੀ ਵੈਸੇ ਤਾਂ ਰਾਜ ਹਮੇਸ਼ਾ ਕੁੜੀਆਂ ਦਾ ਹੀ ਚੱਲਦਾ ਰਿਹਾ, ਮੇਰੀ ਨਨਾਣਾ ਦਾ ਹੀ ਚੱਲਦਾ ਰਿਹਾ ਘਰੇ, ਅਤੇ ਫਿਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਮੈਂ ਔਖੀ ਹੋ ਕੇ, ਜਿਵੇਂ ਮੈਂ ਦੱਸਦੀ ਹੁੰਦੀ ਹਾਂ ਤੁਹਾਨੂੰ ਕਿ ਮੈਂ ਔਖੀ ਹੋ ਕੇ ਘਰੋਂ ਬਾਹਰ ਨਿਕਲੀ, ਘਰੋਂ ਬਾਹਰ ਨਿਕਲਣ ਤੋਂ ਬਾਅਦ ਫਿਰ ਵੀ, ਹੈ ਨਾ, ਜਿਸ ਤਰ੍ਹਾਂ ਉਸ ਤੋਂ ਬਾਅਦ ਮੇਰੇ, ਮੈਂ ਹਮੇਸ਼ਾ ਇਹੀ ਚੀਜ਼ ਦੱਸਦੀ ਹਾਂ, ਜ਼ਿਆਦਾ ਨਹੀਂ ਮੈਂ ਵੱਡਾ ਦੱਸੂੰਗੀ, ਅਤੇ ਬਿਲਕੁਲ ਲਾਸਟ ਸਟੇਜ ਸਮਝ ਕੇ, ਹੈ ਨਾ, ਜਿਸ ਤਰ੍ਹਾਂ ਮੇਰੇ ਮਦਰ ਇਨ ਲਾਅ ਸਾਡੇ ਕੋਲ ਹੀ ਇੱਥੇ ਗਿਰੇ ਸੀਗੇ, ਗਿਰਨ ਤੋਂ ਬਾਅਦ ਫਿਰ ਵੀ ਉਹ ਮਤਲਬ ਨਾ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਏ, ਹੈ ਨਾ, ਮੈਂ ਹਮੇਸ਼ਾ ਉਹਨਾਂ ਨੂੰ ਕਦੇ ਕਹਿਣਾ ਪਰਮਾਤਮਾ ਦਾ ਨਾਮ ਲਓ, ਟੀਵੀ ਲਾ ਦੇਣਾ, ਸਭ ਕੁਛ ਲਾ ਦੇਣਾ, ਪਰ ਉਹਨਾਂ ਨੇ ਹਰੇਕ ਚੀਜ਼ ਹੈ ਨਾ ਜਿਹੜੀ ਉਹ ਵੀ ਕੀਤੀ ਜਿਵੇਂ ਉਹ ਚੱਲਦੇ ਫਿਰਦੇ ਕਰਦੇ ਸੀਗੇ। ਮੈਂ ਦੇਖਿਓ, ਹੈ ਨਾ, ਇਨਸਾਨ ਡਰਦਾ ਨਹੀਂ ਹੈਗਾ। ਮੈਂ ਆਪਣੇ ਹਸਬੈਂਡ ਨਾਲ ਵੀ ਇਹੀ ਗੱਲ ਕਰਨੀ, ਮੈਨੂੰ ਕਹਿੰਦੇ ਕਰੀ ਜਾਂਦੇ, ਕਿਉਂਕਿ ਘਰੇ ਅਸੀਂ ਰਹਿਣਾ ਹੁੰਦਾ, ਲੇਡੀਜ਼ ਨੇ ਰਹਿਣਾ ਹੁੰਦਾ, ਨਾ ਕਿ ਹਮੇਸ਼ਾ ਸਾਡੇ ਹਸਬੈਂਡ ਨੇ ਰਹਿਣਾ ਹੁੰਦਾ। ਇਹ ਚੀਜ਼ਾਂ ਨੂੰ ਲੈ ਕੇ, ਹੈ ਨਾ, ਕੁੜੀਆਂ ਉਹਨਾਂ ਨਾਲ ਡਿਸਕਸ ਕਰਦੀਆਂ ਰਹਿੰਦੀਆਂ, ਮੇਰੇ ਮਦਰ ਇਨ ਲਾਅ ਨਾਲ, ਹੈ ਨਾ, ਅਤੇ ਮਦਰ ਇਨ ਲਾਅ ਉਹਨਾਂ ਨਾਲ ਡਿਸਕਸ ਕਰਦੇ। ਹਾਰ ਕੇ ਕੀ ਹੋਇਆ ਕਿ ਮੇਰੀ ਨਨਾਣ ਕੋਲੇ, ਵੱਡੀ ਨਨਾਣ ਹੈ ਮੇਰੀ ਜਿਹੜੀ ਗਿੱਦੜਵੇ ਹੈਗੀ ਹੈ, ਗਿੱਦੜਵਾਹਾ ਨਾਮ ਤੁਸੀਂ ਸੁਣਿਆ ਹੋਊਗਾ, ਅਤੇ ਉੱਥੇ ਚਲੀ ਗਈ, ਹੈ ਨਾ, ਅਤੇ ਵੈਸੇ ਮਤਲਬ ਮਿਲਣ ਵਾਸਤੇ ਵੀ ਚਲੋ ਮੇਰਾ ਮਨ ਨਹੀਂ ਟਿਕ ਰਿਹਾ, ਅਤੇ ਅਸੀਂ ਭੇਜਤਾ। ਫਿਰ ਉਸ ਤੋਂ ਬਾਅਦ ਦੇਖ ਲਓ ਜੀ, ਕਰੋਨਾ ਹੋਇਆ ਮੇਰੇ ਹਸਬੈਂਡ ਨੂੰ, ਕਰੋਨਾ ਤੋਂ ਬਾਅਦ ਵੀ ਮੇਰੇ ਮਦਰ ਇਨ ਲਾਅ ਉੱਥੇ ਸੀਗੇ ਕਰੋਨਾ ਦੇ ਵਿੱਚ, ਅਤੇ ਉਸ ਟਾਈਮ ਵੀ ICU 'ਚ ਸੀਗੇ। ਅਤੇ ਮੇਰੀਆਂ ਦੂਰੀਆਂ ਕਿਉਂ ਹੋਈਆਂ? ਮੇਰੀਆਂ ਦੂਰੀਆਂ ਇਸ ਕਰਕੇ ਹੋਈਆਂ ਕਿਉਂਕਿ ਕਰੋਨਾ ਦੇ ਵਿੱਚ ਵੀ ਮੇਰੇ ਹਸਬੈਂਡ ਦੀਆਂ ਜਿਹੜੀਆਂ ਭੈਣਾਂ ਹੈਗੀਆਂ, ਉਹਨਾਂ ਨੇ ਸਾਥ ਮੇਰੇ ਹਸਬੈਂਡ ਦਾ ਨਹੀਂ ਦਿੱਤਾ, ਉਸ ਟਾਈਮ ਵੀ ਮੇਰੇ ਮਦਰ ਇਨ ਲਾਅ ਦਾ ਹੀ ਦਿੱਤਾ, ਕੋਈ ਨਹੀਂ ਸੀਗੀ, ਠੀਕ ਹੈ। ਉਸ ਟਾਈਮ ਮੈਂ ਸੋਚਿਆ, ਜਿਹੜਾ ਬੰਦਾ ਮੈਂ ਬਹੁਤ ਕਲਪੀ, ਬਹੁਤ ਇਸ ਚੀਜ਼ਾਂ ਪਿੱਛੇ ਮੈਂ, ਹੈ ਨਾ, ਸਟੈਪ ਚੱਕੇ, ਉਸ ਟਾਈਮ ਮੈਂ ਯੂਟਿਊਬ 'ਤੇ ਨਹੀਂ ਸੀਗੀ, ਅਤੇ ਉਸ ਟਾਈਮ ਮੈਂ ਸਟੈਪ ਇੰਨੇ ਚੱਕੇ, ਪਰ ਕੋਈ ਜ਼ਿੰਦਗੀ ਦੇ ਵਿੱਚ, ਹੈ ਨਾ, ਅੱਛੇ ਸਾਡੇ ਇਨਸਾਨ ਐਸੇ ਆ ਜਾਂਦੇ ਹੈਗੇ ਜਿਹੜੇ ਸਾਨੂੰ ਸਲਾਹ ਦਿੰਦੇ ਆ, ਅਤੇ ਉਹਨਾਂ ਨਾਲ ਵੀ ਮੈਂ ਤੁਹਾਨੂੰ ਮਿਲਵਾਊਂਗੀ, ਠੀਕ ਹੈ, ਅਤੇ ਜਿਹੜੇ ਮੇਰੇ ਨਾਲ ਹੈਗੇ ਆ, ਪਰ ਮੈਂ ਆਪਣੀ ਜ਼ਿੰਦਗੀ ਦੀ ਜਿਹੜੀ ਲੜੀ ਹੈ ਨਾ, ਇਹ ਜਿੱਤੂਗੀ, ਜ਼ਰੂਰ ਜਿੱਤੂਗੀ, ਮੇਰਾ ਵਿਸ਼ਵਾਸ ਹੈ ਕਿ ਮੈਂ ਸੱਚ ਦੇ ਨਾਲ ਹੈਗੀ ਹਾਂ। ਤੇ ਬਾਅਦ ਜਦੋਂ ਮੇਰੇ ਹਸਬੈਂਡ ਆਏ, ਫਿਰ ਉਹਨਾਂ ਦੇ, ਹੈ ਨਾ, ਮੈਂ ਸਾਲ 2 ਸਾਲ ਇਸ ਤਰ੍ਹਾਂ ਹੀ ਹਿਪ ਰਿਪਲੇਸਮੈਂਟ ਦਾ ਹੋਇਆ ਰਿਹਾ, ਇਹ ਓਪਰੇਸ਼ਨ ਬਚ ਜੇ, ਹੈ ਨਾ, ਕੋਈ ਐਸੀ ਚੀਜ਼ ਨਾ ਪਵੇ। ਇੱਕ ਮੈਨੂੰ ਹਸਬੈਂਡ ਦੀ ਟੈਨਸ਼ਨ, ਉੱਪਰੋਂ ਮੇਰੇ ਮਦਰ ਇਨ ਲਾਅ ਮੈਨੂੰ ਤੰਗ ਕਰੀ ਜਾ ਰਿਹਾ, ਮੰਜੇ 'ਤੇ ਬੈਠ ਕੇ ਸੇਵਾ ਕਰੀ ਜਾ ਰਹੀ ਹਾਂ, ਹੱਥਾਂ ਨਾਲ ਸੇਵਾ ਕਰੀ ਜਾ ਰਹੀ ਹਾਂ, ਇਹ ਵੀ ਨਹੀਂ ਮੈਂ ਕੋਈ ਹੈਲਪਰ ਰੱਖੀ ਹੈ, ਸਫਾਈ ਤੱਕ ਵੀ ਮੈਂ ਖੁਦ ਕਰਦੀ ਸੀ, 5-5 ਵਜੇ ਤੱਕ ਮੈਂ ਆਪਣੀ ਸਫਾਈ ਕਰਕੇ, ਹੈ ਨਾ, ਘਰ ਦੀ ਫਿਰ ਫ੍ਰੀ ਹੁੰਦੀ ਸੀ, ਫਿਰ ਕਿਸੇ ਟਾਈਮ ਰੋਟੀ ਬਣਦੀ ਸੀ, ਨਹੀਂ ਬਣਦੀ, ਫਿਰ ਵੀ ਮੈਂ ਟਾਈਮ 'ਤੇ, ਹਿੰਮਤ ਸੀਗੀ ਮੇਰੇ 'ਚ।
ਉਸ ਟਾਈਮ ਹੈ ਨਾ। ਅਤੇ ਫਿਰ ਉਸ ਤੋਂ ਬਾਅਦ ਕੀ ਹੋਇਆ, ਜਦੋਂ ਮੇਰੇ ਹਸਬੈਂਡ ਦਾ ਆਪਰੇਸ਼ਨ ਹੋ ਗਿਆ ਅਤੇ ਫਿਰ ਮੇਰੀ ਮਦਰ ਇਨ ਲਾਅ ਨੇ ਰੋਲਾ ਪਾਉਣਾ ਸ਼ੁਰੂ ਕਰਤਾ ਕਿ ਮੈਂ ਆਪਣੇ ਲੜਕੀਆਂ ਕੋਲ ਜਾਣਾ, ਮੈਂ ਆਪਣੀਆਂ ਲੜਕੀਆਂ ਕੋਲ ਜਾਣਾ ਹੈ ਨਾ। ਅਤੇ ਅਗਰ ਬਾਈ ਚਾਂਸ ਜਿਵੇਂ ਮੈਂ ਦੱਸਦੀ ਚੀਜ਼ ਕੋਈ ਟਾਈਮ 'ਤੇ ਨਹੀਂ ਮਿਲੀ ਹੈ ਨਾ, ਅਤੇ ਮੈਂ ਇੱਧਰ ਉੱਧਰ ਗਈ ਹਾਂ, ਅਤੇ ਮੈਂ ਕੋਈ ਇਹ ਨਹੀਂ ਮੈਂ ਕਹਿੰਦੀ, ਮੈਂ ਆਪਣੇ ਘਰ ਦੀ ਮਤਲਬ ਸਾਰੀ ਜ਼ਿੰਮੇਵਾਰੀ ਨਿਭਾਉਂਦੀ ਹਾਂ। ਅਤੇ ਪਰ ਇਹ ਨਹੀਂ ਹੈ ਕਿ ਮੈਂ ਹਮੇਸ਼ਾ ਇੱਕ ਬੰਦੇ ਵਾਸਤੇ ਉੱਥੇ ਅਵੇਲੇਬਲ ਰਹਾਂ ਕਿ ਮੈਨੂੰ ਪਾਣੀ ਦੇ ਦਿਓ, ਮੈਨੂੰ ਚਾਹ ਦੇ ਦਿਓ ਹੈ ਨਾ, ਅਤੇ ਸਾਰੇ ਪਰਿਵਾਰ ਨੂੰ ਸੰਭਾਲਣਾ, ਖੁਦ ਨੂੰ ਸੰਭਾਲਣਾ। ਇਸ ਚੀਜ਼ਾਂ ਦਾ ਵੀ ਫਿਰ ਦੇਖ ਲਓ ਤੁਸੀਂ, ਮੇਰੇ ਮਦਰ ਇਨ ਲਾਅ ਨੇ ਇਹੀ ਕਿਹਾ, ਲੜਕੀਆਂ ਨੇ ਵੀ, ਮੇਰੇ ਮਦਰ ਇਨ ਲਾਅ, ਮੇਰੇ ਹਸਬੈਂਡ ਨਹੀਂ ਸੀਗੇ ਵਿੱਚ ਉਸ ਟਾਈਮ, ਠੀਕ ਹੈ, ਨਾ ਮੇਰੇ ਹਸਬੈਂਡ ਦੀ ਅੱਜ ਤੱਕ ਘਰ ਦੇ ਵਿੱਚ ਸੁਣੀ ਗਈ ਸੀ। ਮੇਰੇ ਮਦਰ ਇਨ ਲਾਅ ਹਮੇਸ਼ਾ ਕੁੜੀਆਂ ਦਾ ਹੀ ਮਤਲਬ ਬਾਰੇ ਸੋਚਦੇ ਸੀਗੇ, ਔਰ ਕੁੜੀਆਂ ਹਮੇਸ਼ਾ ਮਦਰ ਬਾਰੇ ਸੋਚਦੀਆਂ ਸੀਗੀਆਂ। ਕੋਈ ਇਹਨਾਂ ਦਾ ਲਾਗਾ ਦਾਗਾ ਮੇਰੇ ਨਾਲ ਕੀ ਹੋਊਗਾ ਜਦੋਂ ਭਰਾ ਨਾਲ ਹੀ ਨਹੀਂ ਹੈਗਾ। ਫਿਰ ਇੱਕ ਸਾਲ ਪਹਿਲਾਂ ਮੇਰੇ ਮਦਰ ਇਨ ਲਾਅ ਬਾਰੇ ਮੇਰੀਆਂ ਨਨਾਨਾ ਨੇ ਫੈਸਲਾ ਕੀਤਾ ਕਿ ਅਸੀਂ ਆਪਣੀ ਮੰਮੀ ਨੂੰ ਲੈ ਕੇ ਜਾਵਾਂਗੇ ਅਤੇ ਪੈਨਸ਼ਨ ਦੀ ਕਾਪੀ ਸਾਨੂੰ ਦੇ ਦਿਓ ਹੈ ਨਾ। ਪੈਨਸ਼ਨ ਲੱਗੀ ਹੋਈ ਹੈ ਨਾ, ਅਗਰ ਦੇਖਿਆ ਜਾਵੇ ਅਗਰ ਪੈਨਸ਼ਨ ਨਾ ਹੁੰਦੀ ਤਾਂ ਮੈਂ ਆਪਣੇ ਮਦਰ ਇਨ ਲਾਅ ਨੂੰ ਨਾ ਸੰਭਾਲਦੀ। ਖੁਦ ਸੋਚੋ, ਫਿਰ ਲੜਕੀਆਂ ਸੰਭਾਲਦੀਆਂ, ਮੇਰੇ 'ਚ ਇਹੋ ਜਿਹੀ ਲਾਲਚੀ ਭਾਵਨਾ ਨਹੀਂ ਹੈ ਮੇਰੇ ਅੰਦਰ, ਨਾ ਮੈਂ ਕਿਸੇ ਲਾਲਚ ਪਿੱਛੇ ਕੋਈ ਕੰਮ ਕਰਦੀ ਹਾਂ, ਨਾ ਮੈਂ ਸੇਵਾ ਕਰਦੀ ਹਾਂ ਹੈ ਨਾ। ਸੇਵਾ ਜਿਹੜੀ ਮੈਂ ਕੀਤੀ ਹੈ ਆਪਣੇ ਸਸੁਰਾਲ ਦੇ ਵਿੱਚ ਹੈ ਨਾ, ਸਹੁਰਿਆਂ ਦੇ ਪਰਿਵਾਰ ਦੇ ਵਿੱਚ ਮੈਂ ਕੀਤੀ ਹੈ, ਅਤੇ ਉਹ ਮੈਂ ਕੋਈ ਲਾਲਚ ਪਿੱਛੇ ਕੀਤੀ ਹੈ? ਮੈਂ ਲਾਲਚ ਨਹੀਂ ਸੀ ਮੇਰੇ ਮਨ ਦੇ ਵਿੱਚ, ਨਾ ਮੈਨੂੰ ਇਹ ਸੀ ਮੇਰੀ ਸੱਸ ਸਹੁਰਾ ਮੇਰੇ ਵਾਸਤੇ ਮੈਨੂੰ ਆਹ ਦੇਣਗੇ, ਨਾ ਮੇਰੇ ਸੱਸ ਸਹੁਰੇ ਦਾ ਮਤਲਬ ਮੈਂ ਪਿਆਰ ਪਾਇਆ, ਉਹਨਾਂ ਨੇ ਪਿਆਰ ਨਹੀਂ ਪਾਇਆ। ਹਜੇ ਤਾਂ ਤੁਸੀਂ ਇੱਕ ਤਰਫਾ ਦੀ ਸਟੋਰੀ ਸੁਣ ਰਹੇ ਹੋ ਹੈ ਨਾ, ਤੁਸੀਂ ਸੋਚੋਗੇ ਕਿ ਵੀ ਇਹਦੇ ਨਾਲ ਕੋਈ ਵੀ ਨਹੀਂ ਖੜਾ, ਪਰਮਾਤਮਾ ਖੜਾ, ਹੋਰ ਕਿਸ ਚੀਜ਼ ਦੀ ਸਬੂਤ ਦੀ ਲੋੜ ਹੈ? ਠੀਕ ਹੈ, ਇੱਕ ਟਾਈਮ ਉਹ ਵੀ ਸੀਗਾ, ਉਦੋਂ ਮੈਂ ਯੂਟਿਊਬ ਤੇ ਨਹੀਂ ਆਈ ਸੀ, ਜਿਸ ਟਾਈਮ ਮੈਂ ਮਤਲਬ ਪਤਾ ਨਹੀਂ ਕਿਹਨੂੰ ਇਹਨਾਂ ਦੇ ਹੀ ਰਿਸ਼ਤੇਦਾਰਾਂ ਨੂੰ ਇਕੱਠੇ ਕਰ ਲੈਂਦੇ ਸੀ। ਫਿਰ ਮੈਨੂੰ ਇਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚੋਂ ਮੈਨੂੰ ਕਿਸੇ ਨੇ ਕਿਹਾ, ਕਹਿੰਦੇ ਕਿਉਂਕਿ ਮੇਰੇ ਪੇਕੇ ਤਾਂ ਆ ਹੀ ਨਹੀਂ ਸਕਦੇ ਸੀਗੇ, ਨਾ ਮੈਂ ਪੇਕਿਆਂ ਨੂੰ ਤੰਗ ਕਰਨਾ ਚਾਹੁੰਦੀ ਸੀ, ਭਰਾ ਵੀ ਮੇਰਾ ਛੋਟਾ ਤੇ ਭੈਣ ਵੀ ਮੇਰੀ ਛੋਟੀ, ਉਹ ਆਪਦੇ ਹਾਲਾਤਾਂ ਨਾਲ ਲੜੀ ਜਾ ਰਹੇ ਸੀਗੇ। ਮੈਂ ਬੁਲਾਉਂਦੀ ਕਿਹਨੂੰ? ਬੁਲਾਉਂਦੀ ਤਾਂ ਮੈਂ ਤਾਂ ਨਾ ਕਿਸੇ ਨੂੰ, ਅਗਰ ਕੋਈ ਮੇਰੇ ਬਰਾਬਰ ਖੜ ਲੈਂਦਾ ਆ ਕੇ। ਫਿਰ ਉਸ ਤੋਂ ਬਾਅਦ ਇਹਨਾਂ ਦੀ ਫੈਮਿਲੀ, ਇਹਨਾਂ ਦੇ ਸਭ ਕੁਛ, ਇਹਨਾਂ ਦੇ ਪਰਿਵਾਰ, ਇਹਨਾਂ ਦੇ ਰਿਸ਼ਤੇਦਾਰ, ਫੈਸਲਾ ਕਰਨਾ ਹੱਕ 'ਚ ਇਹਨਾਂ ਦਾ ਹੀ ਹੋਣਾ ਸੀਗਾ। ਫਿਰ ਹੱਥ ਜੋੜ ਕੇ ਝੁਕਣਾ ਪੈਂਦਾ ਸੀ, ਰਹਿਣਾ ਪੈਂਦਾ ਸੀ। ਔਰ ਹੁਣ ਲਾਸਟ ਟਾਈਮ ਤੇ ਦੇਖ ਲਓ, ਮੰਜੇ ਤੇ ਪਈ ਵੀ ਮੇਰੀ ਮਾਤਾ, ਸਾਡੀ ਸੱਸ ਮੇਰੀ ਟਿਕਦੀ ਨਹੀਂ ਸੀਗੀ ਵੀ ਜਾਣਾ ਮੈਂ ਕੁੜੀਆਂ ਕੋਲ, ਛੱਡਿਓ ਮੈਨੂੰ ਕੁੜੀਆਂ ਕੋਲ ਛੱਡਿਓ ਹੈ ਨਾ। ਤੇ ਕੁੜੀਆਂ ਨੇ ਫੈਸਲਾ ਇਹੀ ਕੀਤਾ ਕਿ ਪੈਨਸ਼ਨ ਦੀ ਕਾਪੀ ਆਊਗੀ, ਫਿਰ ਅਸੀਂ ਮੰਮੀ ਨੂੰ ਲੈ ਕੇ ਜਾਵਾਂਗੇ। ਪੈਨਸ਼ਨ ਦੀ ਕਾਪੀ ਜਿੰਨੀ ਦੇਰ ਉੱਥੇ ਟ੍ਰਾਂਸਫਰ ਨਹੀਂ ਹੋਈ, ਉਨੀ ਦੇਰ ਮਾਤਾ ਦਾ ਮੰਜਾ ਨਹੀਂ ਚੱਕਿਆ ਗਿਆ। ਇਹ ਫੈਸਲਾ ਕਰਨ ਤੋਂ ਬਾਅਦ ਅੱਜ ਇੱਕ ਸਾਲ ਹੋ ਗਿਆ, ਇੱਕ ਸਾਲ ਬਾਅਦ ਫਿਰ ਉੱਥੋਂ ਫੋਨ ਆਉਂਦਾ ਕਿ ਮੇਰੇ ਪੇਕਿਆਂ ਨੂੰ ਨਾਲ ਲੈ ਕੇ ਇੱਥੇ ਮੇਰੇ ਸਹੁਰਿਆਂ ਦੇ ਵਿੱਚ, ਇੱਥੇ ਮੇਰੇ ਘਰ ਦੇ ਵਿੱਚ ਆਇਆ ਜਾਵੇ। ਮੇਰੇ ਭਰਾ ਦਾ ਮਤਲਬ ਮੇਰਾ ਫੋਨ ਆਇਆ ਮੈਨੂੰ, ਕਹਿੰਦਾ ਦੀਦੀ ਗੱਲ ਕੀ ਹੈ? ਮੈਂ ਕਿਹਾ ਇਸ ਤਰ੍ਹਾਂ ਕਰਕੇ ਗੱਲ ਹੈਗੀ ਹੈ ਹੈ ਨਾ, ਮੈਂ ਦੱਸਤੀ ਸਾਰੀ ਗੱਲ। ਅਤੇ ਕਹਿੰਦੇ ਉਹ ਤਾਂ ਇਸ ਤਰ੍ਹਾਂ ਕਹਿ ਰਹੇ ਹੈਗੇ ਹੈ ਵੀ ਹੁਣ ਅਸੀਂ ਵਿੱਚ ਨਹੀਂ ਆਉਂਦੇ ਹੈਗੇ ਹੈ ਨਾ। ਅਤੇ ਮੈਂ ਕਿਹਾ ਹਮੇਸ਼ਾ ਮੈਂ ਕੋਈ ਵੀ ਗੱਲ ਹੈ ਮੈਂ ਚੁੱਕਾਂ, ਕਿਸ ਗੱਲ ਤੋਂ ਵਿਆਹ ਕਰਾਇਆ ਕੋਈ? ਮੈਂ ਕਿਹਾ ਮੈਂ ਕੋਈ ਮਤਲਬ ਸੌਦਾ ਨਹੀਂ ਕੀਤਾ, ਮੈਂ ਵਿਆਹ ਕਰਾਇਆ। ਠੀਕ ਹੈ, ਅੱਜ ਦੀ ਡੇਟ ਦੇ ਵਿੱਚ ਪਰਮਾਤਮਾ ਦੇ ਸਹਾਰੇ ਮੈਂ ਇਹ ਸੋਚ ਰਹੀ ਹੈਗੀ ਹਾਂ, ਜਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ, ਕਿਸੇ ਟਾਈਮ ਇਕੱਲੀ ਸੀਗੀ ਅਤੇ ਮੈਂ ਇਕੱਲੀ ਬੈਠੀ ਰਹਿੰਦੀ ਸੀਗੀ। ਮੈਂ ਆਪ ਮੇਰੇ ਫਾਦਰ ਲਾ ਹਮੇਸ਼ਾ ਇਹ ਗੱਲ ਕਹਿੰਦੇ ਹੁੰਦੇ ਸੀ ਮੇਰੇ ਮਦਰ ਇਨ ਲਾਅ ਨੂੰ ਕਿ ਤੂੰ ਇੱਕ ਦਿਨ ਪਛਤਾਏਂਗੀ, ਤੂੰ ਇਹਦੇ ਨਾਲ ਇੰਨਾ ਤਾਂ ਕੀਤਾ ਪਰ ਹੁਣ ਵੀ ਤੂੰ ਬੁਰਾ ਕਰ ਰਹੀ ਹੈ। ਮੈਂ ਅੱਖਾਂ ਨਾਲ, ਆਪਣੀ ਕੰਨਾਂ ਨਾਲ ਸੁਣਿਆ, ਅੱਖਾਂ ਨਾਲ ਦੇਖਿਆ। ਹੁਣ ਮੇਰੇ ਪੇਕੇ ਪਰਿਵਾਰ ਦੇ ਵਿੱਚੋਂ ਤਾਂ ਮੇਰੇ ਨਾਲ ਹੈ ਹਨਾ ਸਾਰੇ, ਪਰ ਸਹੁਰੇ ਪਰਿਵਾਰ ਦੇ ਵਿੱਚੋਂ
ਕਈ ਐਸੇ ਰਿਸ਼ਤੇਦਾਰ ਆ ਸਾਡੇ ਬਠਿੰਡੇ ਰਹਿੰਦੇ ਆ, ਇਹਨਾਂ ਦੇ ਸਕੇ ਤਾਏ ਚਾਚੇ ਬਠਿੰਡੇ ਰਹਿੰਦੇ, ਉਹਨਾਂ ਨੂੰ ਸਭ ਨੂੰ ਪਤਾ ਹੈਗਾ ਮੈਂ ਅੱਜ ਬੁਲਾ ਲਾਂ, ਹਨਾ ਅੱਜ ਮਹਿਫਿਲ ਲਾ ਲਾਂ, ਅੱਜ ਪੰਚਾਇਤ ਇਕੱਠੀ ਕਰ ਲਾਂ, ਬਈ ਇੰਨੀ ਗਰਮੀ ਦੇ ਵਿੱਚ ਸੰਭਾਲੂ ਆ ਕਿਹੜਾ, ਜਦੋਂ ਫੈਸਲਾ ਤਾਂ ਅਸੀਂ ਕਰਨਾ ਹੈਗਾ। ਹੁਣ ਮੈਂ ਚੁੱਕਣ ਵਾਲੀ ਨਹੀਂ ਆ, ਚਾਹੇ ਮੈਨੂੰ ਇਸ ਪਿੱਛੇ, ਮੈਂ ਹਮੇਸ਼ਾ ਇਹੀ ਕਹਿੰਦੀ ਹਾਂ, ਇਸ ਪਿੱਛੇ ਮੈਨੂੰ ਕੋਈ ਵੀ ਸਟੈਪ ਚੱਕਣਾ ਪਵੇ, ਠੀਕ ਹੈ, ਹੁਣ ਮੈਂ ਚੁੱਕਣ ਵਾਲੀ ਨਹੀਂ ਆ। ਔਰ ਇਹ ਵੀਡੀਓ ਮੈਂ ਤੁਹਾਨੂੰ ਪਹਿਲਾਂ ਵੀ ਦੱਸਦੀ ਹੁੰਦੀ ਹਾਂ, ਕਿਉਂਕਿ ਮੈਂ ਵਿਊਜ਼ ਦੇ ਵਿੱਚ ਦੇਖ ਲੈਂਦੀ ਹੁੰਦੀ ਹਾਂ, ਵਿਊਜ਼ ਤਾਂ ਉਨੇ ਹੀ ਆਉਂਦੇ ਆ, ਪਰ ਜਿਹੜੇ ਮੈਸੇਜ, ਜਿਵੇਂ ਆਪਾਂ ਸੋਚਦੇ ਹਾਂ ਨਾ ਮੈਸੇਜ ਰਾਹੀਂ ਕੋਈ ਮਤਲਬ ਸੋਚਦੇ ਸ਼ਾਇਦ ਵਿਊਜ਼ ਪਿੱਛੇ ਇਹ ਚੀਜ਼ਾਂ, ਵਿਊਜ਼ ਪਿੱਛੇ ਨਹੀਂ ਮੈਂ ਕਰ ਰਹੀ, ਮੇਰੀ ਇੱਕ ਆਪਣੀ ਲੜਾਈ ਹੈ, ਆਪਣੀ ਜੰਗ ਹੈ, ਪਰਮਾਤਮਾ ਦੇ ਨਾਲ ਜੰਗ ਹੈ ਮੇਰੀ, ਇਹ ਸੋਚ ਲਓ, ਪਰਮਾਤਮਾ ਦੇ ਨਾਲ ਜੰਗ ਹੈ ਮੇਰੀ, ਕਿ ਮੈਂ ਅਗਰ ਬਾਰ ਬਾਰ ਇਹ ਬੋਲਾਂ ਨਾ ਕਿ ਮੈਂ ਠੀਕ ਹਾਂ, ਮੈਂ ਠੀਕ ਹਾਂ, ਮੈਂ ਠੀਕ ਹਾਂ, ਦੂਸਰਾ ਬੰਦਾ ਪਰੂਫ ਮੰਗੇਗਾ। ਇਹ ਚੀਜ਼ਾਂ ਦਾ ਮੈਂ ਅੱਜ ਮੇਰੇ ਨਾਲ, ਮੈਂ ਕਹਿੰਦੀ ਹਾਂ ਸ਼ਾਇਦ ਇਹ ਤਾਂ ਮਤਲਬ ਸਾਰੇ ਭੈਣ ਭਰਾ ਹੀ ਹੋਣਗੇ, ਇਹਨਾਂ ਨਾਲ ਕੋਈ ਵੀ ਨਹੀਂ ਖੜਾ, ਮੇਰੇ ਨਾਲ ਹੀ ਹੋਣਗੇ ਸਾਰੇ ਰਿਸ਼ਤੇਦਾਰ ਹੋਣਗੇ, ਪਰ ਮੈਂ ਬੁਲਾ ਕੇ ਕਰਨਾ ਕੀ ਹੈ, ਮੈਂ ਆਪਣੇ ਘਰੇ ਜਦੋਂ ਜਿਹੜੀ ਚੀਜ਼ ਨੂੰ ਮੈਂ ਅਪਣਾਉਣਾ ਹੀ ਨਹੀਂ ਹੈਗਾ, ਚਾਹੇ ਮੇਰਾ ਲੱਖ ਫਰਜ਼ ਹੋਵੇ, ਫਰਜ਼ ਉਦੋਂ ਤੱਕ ਹੁੰਦਾ ਜਿਸ ਟਾਈਮ ਕੋਈ ਸਮਝੇ, ਠੀਕ ਹੈ। ਕਹਿੰਦੇ ਨਾ ਪਹਿਲੇ ਤਾਂ ਹਮ ਸ਼ਰੀਫ ਤੇ, ਹਨਾ, ਹਮਾਰੀ ਸ਼ਰੀਫੀ ਕਾ ਨਜਾਇਜ਼ ਫਾਇਦਾ ਉਠਾਇਆ ਗਿਆ, ਨਜਾਇਜ਼ ਫਾਇਦਾ ਉਠਾਣੇ ਕੇ ਬਾਅਦ ਹਮ ਆਪਣੀ ਦਾਦਾਗਿਰੀ ਪੇ ਆ ਗਏ, ਅਬ ਹਮ ਬਦਮਾਸ਼ ਬਣ ਗਏ। ਬਦਮਾਸ਼ ਹੋਤੇ ਹੈ ਨਾ ਜੋ ਮਤਲਬ ਬੰਦਾ ਕਹਿੰਦਾ ਨਾ ਕਿ ਬਦਮਾਸ਼ੀ ਪੇ ਉਤਰ ਆਏ, ਬਦਮਾਸ਼ੀ ਪੇ ਉਤਰ ਆਏ, ਇਹ ਨਹੀਂ ਹੁੰਦਾ ਕਿ ਅਸੀਂ ਬਹੁਤ ਵੱਡੇ ਬਦਮਾਸ਼ ਜਾਂ ਗੁੰਡੇ ਬਣ ਗਏ, ਗੁੰਡੇ ਨਹੀਂ ਹੈਗੇ। ਪਰਮਾਤਮਾ ਦਾ ਸਹਾਰਾ ਲੈ ਕੇ ਇਹ ਚੀਜ਼ ਮੈਂ, ਪਾਵਰ ਹੈ ਮੇਰੇ ਕੋਲ, ਇਹ ਮੈਂ ਬੋਲ ਰਹੀ ਹਾਂ। ਔਰ ਇਸ ਚੀਜ਼ ਦੇ ਵਿੱਚ, ਲੜਾਈ ਦੇ ਵਿੱਚ ਕੋਈ ਆਏ ਨਾ ਆਏ, ਪਰ ਮੈਂ ਆਪਣੇ ਘਰ ਦੇ ਵਿੱਚ ਕੋਈ ਵੀ ਫੈਸਲੇ ਵਾਸਤੇ ਕਿਸੇ ਨੂੰ ਵੀ ਨਹੀਂ ਬੁਲਾਉਂਗੀ, ਠੀਕ ਹੈ। ਜਿਸ ਤਰ੍ਹਾਂ ਦਾ ਵੀ ਵਲੋਗ, ਮੈਂ ਤੁਹਾਨੂੰ ਹਮੇਸ਼ਾ ਦੱਸਦੀ ਹੁੰਦੀ, ਜਿਸ ਤਰ੍ਹਾਂ ਦਾ ਵੀ ਵਲੋਗ ਆਏਗਾ ਉਸੇ ਤਰ੍ਹਾਂ ਦਾ ਮੈਂ ਦੱਸੂਗੀ। ਪਰ ਮੇਰੇ ਨਾਲ ਜੋ ਨਜਾਇਜ਼ ਹੋਇਆ, ਮੇਰੇ ਮਾਂ ਪਿਓ ਉਸੇ ਗਮ ਦੇ ਵਿੱਚ ਮਰ ਗਏ ਵੀ ਮੇਰੀ ਲੜਕੀ, ਮੈਂ ਕਿੱਥੇ ਵਿਆਹਤੀ ਤੇ ਕਿੱਥੇ ਮੇਰੀ ਲੜਕੀ ਦਾ ਇਹ ਹਾਲ ਹੋਇਆ। ਮੇਰੇ ਪਿਓ ਤਾਂ ਖੁਦ ਦੇਖ ਕੇ ਗਏ ਸੀ ਘਰੇ ਮੇਰੇ ਡੈਡੀ ਕਿ ਮੇਰੀ ਲੜਕੀ ਨਾਲ ਕੀ ਹਾਲ ਹੋ ਰਿਹਾ। ਉਸ ਤੋਂ ਬਾਅਦ ਮੇਰੇ ਡੈਡੀ ਨਹੀਂ ਆਏ ਕਿਉਂਕਿ ਕਹਿੰਦੇ ਮੈਂ ਨਹੀਂ ਦੇਖ ਸਕਦਾ, ਲੜਾਈ ਆਪਣੀ ਜਿਹੜੀ ਸਹੁਰਿਆਂ ਦੇ ਨਾਲ ਆ ਮੈਂ ਖੁਦ ਲੜੀ ਹੈ, ਖੁਦ ਉਸ ਚੀਜ਼ ਦੇ ਉੱਪਰ ਹਾਂ ਜਾਂ ਨਾ ਦੇ ਜਵਾਬ, ਜਾਂ ਝੁਕੀ ਹਾਂ ਜਾਂ ਇਹਨਾਂ ਦੀ ਗੁਲਾਮੀ ਕੀਤੀ ਹੈ। ਹੁਣ ਸੋਚਦੇ ਆ ਮੰਜੇ ਤੇ ਆ ਮਾਂ, ਤੇ ਹੁਣ ਮਾਤਾ ਨੂੰ ਨੂੰਹ ਦਾ ਫਰਜ਼ ਅਦਾ ਕਰਨ ਵਾਸਤੇ ਬੁਲਾ ਲਿਆ। ਅਰੇ ਮੈਂ ਆਪਣੇ ਬੱਚਿਆਂ ਬਾਰੇ ਵੀ ਨਹੀਂ ਕੁਛ ਸੋਚਦੀ ਹੈਗੀ ਵੀ ਮੇਰੇ ਬੱਚਿਆਂ ਵਾਸਤੇ ਦਾਦਾ ਦਾਦੀ ਨੇ ਕੀ ਕੀਤਾ। ਇਸ ਚੀਜ਼ਾਂ ਦਾ ਮੈਂ ਕਦੇ ਵੀ ਨਹੀਂ ਸੋਚਿਆ। ਪਹਿਲਾਂ ਬਹੁਤ ਸਾਲ ਪਹਿਲਾਂ ਮੈਂ ਜਿਸ ਤਰ੍ਹਾਂ ਜਿਵੇਂ ਗੱਲਾਂ ਸ਼ੁਰੂ ਹੋਈਆਂ ਸੀਗੀਆਂ ਤੇ ਉਦੋਂ ਮੈਂ ਬਹੁਤ ਕਲਪਦੀ ਹੁੰਦੀ ਸੀਗੀ। ਜਿਸ ਟਾਈਮ ਇਹ ਗੱਲਾਂ ਸ਼ੁਰੂ ਹੋਈਆਂ ਸੀ ਨਾ, ਮੈਂ ਬਹੁਤ ਕਲਪਦੀ ਹੁੰਦੀ ਸੀ। ਮੈਨੂੰ ਸਾਰੇ ਐਂ ਕਹਿੰਦੇ ਸੀ, ਹਾਏ ਤੇਰੇ ਸੱਸੁਰੇ ਨੇ ਕੁਛ ਵੀ ਨਹੀਂ ਕੀਤਾ ਤੇਰੇ ਬੱਚਿਆਂ ਵਾਸਤੇ, ਤੇ ਤੂੰ ਕਮਲੀ ਹੈ, ਤੂੰ ਪਾਗਲ ਹੈ। ਕਿਉਂਕਿ ਮੇਰੇ ਅੰਦਰ ਨਾ ਉਹ ਚੀਜ਼ ਨਹੀਂ ਹੈਗੀ। ਮੇਰੇ ਮੰਮੀ ਵੀ ਇਸ ਤਰ੍ਹਾਂ ਹੀ ਸੀਗੇ ਕਿ ਬਿਨਾਂ ਨਿਸਵਾਰਥ ਤੋਂ ਸੇਵਾ ਕਰਦੇ ਹੁੰਦੇ ਸੀ। ਜਿਹੜੇ ਵੀ ਮੇਰੇ ਡੈਡੀ ਦੇ ਜਿਵੇਂ ਭਰਾ ਸੀ, ਸਕੇ ਸੰਬੰਧੀ ਸੀ, ਉਹ ਕਹਿੰਦੇ ਹੁੰਦੇ ਸੀਗੇ ਕਿ ਤੂੰ ਕੁਛ ਵੀ ਨਹੀਂ, ਹਨਾ, ਮੇਰੇ ਮੰਮੀ ਦੇ ਅੰਦਰ ਚੁਸਤੀਆਂ ਚਲਾਕੀਆਂ ਸੀਗੀਆਂ। ਪਰ ਕੋਈ ਗੱਲ ਨਹੀਂ, ਚੁਸਤੀਆਂ ਚਲਾਕੀਆਂ ਨਹੀਂ ਚਲਦੀਆਂ। ਮੈਂ ਤਾਂ ਇਹ ਕਹਿੰਦੀ ਹਾਂ ਵੀ ਪਰਮਾਤਮਾ ਦੇ ਘਰ ਦੇ ਵਿੱਚ ਨਾ ਹਮੇਸ਼ਾ ਸੱਚਾਈ ਦੀ ਹੀ ਜੀਤ ਹੁੰਦੀ ਹੈ। ਚਾਹੇ ਕਹਿੰਦੇ ਨਾ ਵਕਤ ਲੱਗੂਗਾ, ਥੋੜ੍ਹਾ ਜ਼ਿਆਦਾ ਲੱਗ ਜੂਗਾ, ਕੋਈ ਚੱਕਰ ਨਹੀਂ ਹੈ, ਹਮੇਸ਼ਾ ਸੱਚ ਦੀ ਜੀਤ ਹੈ ਨਾ। ਅੱਜ ਮੇਰਾ ਇਮਤਿਹਾਨ ਹੈ, ਜਦੋਂ ਮੇਰਾ ਇਮਤਿਹਾਨ ਪੂਰਾ ਹੋ ਗਿਆ ਨਾ, ਫਿਰ ਉਸ ਟਾਈਮ ਬਸ ਤੁਹਾਡੇ ਅੱਗੇ ਆਪਣੇ ਆਪ ਸਾਰੀਆਂ ਚੀਜ਼ਾਂ ਆ ਜਾਣਗੀਆਂ। ਬਸ ਮੈਨੂੰ ਇੰਨਾ ਪਤਾ ਹੈ।
ਜਿਨ੍ਹਾਂ ਨੂੰ ਨਹੀਂ ਵੀ ਪਤਾ ਸੀ ਨਾ ਕਿ ਇਹ ਮਤਲਬ ਸ਼ਾਇਦ ਇਹਨਾਂ ਦੇ ਘਰ ਦਾ ਹੈ ਨਾ। ਆਪਾਂ ਇੱਕ ਵਾਰ ਵੈਸੇ ਦੱਸਦੇ ਹਾਂ, ਜਿਸ ਤਰ੍ਹਾਂ ਮੈਂ ਵੀਡੀਓ ਦੇ ਵਿੱਚ ਪਰਸੋਂ ਬੋਲਿਆ ਸੀਗਾ ਕਿ ਮਤਲਬ ਪਿਆਰ ਲਓ ਪਿਆਰ ਦਿਓ, ਹੈ ਨਾ। ਅਤੇ ਅਸੀਂ ਇੱਕ ਤਰਫਾ ਪਿਆਰ ਅਸੀਂ ਸੋਚੀ ਜਾਈਏ ਮੈਂ ਝੁਕੀ ਜਾਵਾਂ, ਹੈ ਨਾ, ਅਤੇ ਮੇਰੀਆਂ ਨਨਾਨਾ ਜਾਂ ਮੇਰੀ ਸੱਸ ਮੈਨੂੰ ਗਲਤ ਸਮਝੀ ਜਾਵੇ ਔਰ ਮੈਨੂੰ ਯੂਜ਼ ਕਰੀ ਜਾਵੇ, ਹੈ ਨਾ। ਉਹ ਚੀਜ਼ਾਂ ਕਿੱਥੋਂ ਤੱਕ ਚੱਲਦੀਆਂ, ਖੁਦ ਸੋਚੋ, ਚੱਲਦੀਆਂ ਕਦੇ ਨਹੀਂ ਚੱਲਦੀਆਂ। ਬੇਵਕੂਫ ਕੋਈ ਵੀ ਨਹੀਂ ਬਣਦਾ, ਅੱਜ ਕੱਲ੍ਹ ਅਨਪੜ੍ਹ ਵੀ ਨਹੀਂ ਬੇਵਕੂਫ ਬਣੂਗਾ, ਪੜ੍ਹੇ ਲਿਖੇ ਨੂੰ ਤੁਸੀਂ ਬੇਵਕੂਫ ਬਣਾਉਂਦੇ ਹੋ। ਮੈਂ ਤਾਂ ਕਹਿੰਦੀ ਹਾਂ ਜੋ ਵੀ ਮੇਰੇ ਨਾਲ ਕਿਸੇ ਨੇ ਵੀ ਕੀਤਾ ਨਾ ਉਹ ਵੀ ਸੁਖੀ ਰਹੇ। ਮੈਂ ਤਾਂ ਹੁਣ ਗੱਲ ਕਹਿੰਦੀ ਹਾਂ ਬਸ, ਪਹਿਲਾਂ ਕਿ ਮੇਰੇ ਨਾਲ ਇਹ ਕੀਤਾ ਇਹਦੇ ਨਾਲ ਇਹ ਹੋ ਜੇ, ਮੇਰੇ ਨਾਲ ਇਹ ਕੀਤਾ ਇਹਦੇ ਨਾਲ ਇਹ ਹੋ ਜੇ, ਹੈ ਨਾ। ਪਰ ਹੁਣ ਨਹੀਂ ਮੈਂ ਬੋਲਦੀ, ਤੁਹਾਨੂੰ ਮੈਂ ਸੱਚ ਦੱਸਾਂ। ਅੱਗੇ ਮੈਂ ਬਹੁਤ ਬੋਲਦੀ ਹੁੰਦੀ ਸੀਗੀ ਕਿ ਮੇਰੇ ਨਾਲ ਇਹ ਹੋਇਆ ਇਹਨਾਂ ਦਾ, ਹੈ ਨਾ, ਵੀ ਇਹ ਹੋਵੇ ਉਹ ਹੋਵੇ। ਹੁਣ ਨਹੀਂ ਮੈਂ ਬੋਲਦੀ। ਇੱਕ ਟਾਈਮ ਹੁੰਦਾ ਇਨਸਾਨ ਦਾ ਕਿ ਜਿਸ ਟਾਈਮ ਇਨਸਾਨ ਨਾ ਪੱਕਾ ਪੱਕ ਜਾਂਦਾ ਫਲ ਵਾਂਗੂ, ਜਿਸ ਤਰ੍ਹਾਂ ਆਪਾਂ ਕੱਚਾ ਫਲ ਮਸਾਲੇ ਦੇ ਅੰਦਰ ਰੱਖ ਦਿੰਦੇ ਹਾਂ, ਹੈ ਨਾ, ਅਤੇ ਫਿਰ ਉਹ ਹੌਲੀ ਹੌਲੀ ਪੱਕਦਾ ਹੈ ਨਾ, ਪੱਕ ਕੇ ਕਿੰਨੀ ਮਿਠਾਸ ਆਉਂਦੀ ਉਹਦੇ ਵਿੱਚ। ਮੈਂ ਉਸ ਤਰ੍ਹਾਂ ਦਾ ਕੱਚਾ ਫਲ ਸੀ ਔਰ ਮੈਂ ਹੁਣ ਪੱਕ ਪੱਕ ਕੇ ਮਿਠਾਸ ਆਈ ਨਾ ਜਿਹੜੀ, ਉਹ ਮੈਂ ਆਪਣੇ ਖੁਦ ਵਾਸਤੇ ਆਪਣੇ ਬੱਚਿਆਂ ਵਾਸਤੇ ਮਿਠਾਸ ਰੱਖੀ ਹੈ, ਠੀਕ ਹੈ। ਅਤੇ ਆਪਣੀ ਲੜਾਈ ਮੈਂ ਜਿੱਤ ਕੇ ਦਿਖਾਊਂਗੀ, ਇਹ ਮੇਰਾ ਵਾਅਦਾ ਹੈ ਬਸ। ਉਹ ਡਰਦੀ ਨਹੀਂ ਆ ਮੈਂ ਕਿਸੇ ਤੋਂ, ਡਰਦੀ ਸਿਰਫ ਇੱਕ ਪਰਮਾਤਮਾ ਦੇ ਉਸ ਤੋਂ ਜੋ ਪਰਮਾਤਮਾ ਨੇ ਮੇਰੇ ਲਈ ਸੋਚ ਰੱਖਿਆ। ਜੇ ਉਸ ਰਿਸ਼ਤੇ ਦੇ ਵਿੱਚ ਮੈਂ ਸਹੀ ਹਾਂ ਤਾਂ ਵੀ ਮੇਰੇ ਨਾਲ ਉਸ ਤਰ੍ਹਾਂ ਹੋਊਗਾ। ਪਰਮਾਤਮਾ ਨੇ ਜੋ ਕੱਲ੍ਹ ਦਾ ਟਾਈਮ ਨਹੀਂ ਛੱਡਿਆ, ਗਲਤ ਟਾਈਮ ਨਹੀਂ ਮੇਰੇ ਉੱਤੇ ਰਹਿਣ ਦਿੱਤਾ, ਤਾਂ ਸਹੀ ਟਾਈਮ ਜਿਹੜਾ ਆਊਗਾ ਉਹ ਕਿਵੇਂ, ਹੈ ਨਾ, ਜਾਣ ਦਊਗਾ ਹੱਥੋਂ, ਠੀਕ ਹੈ। ਇਸ ਟਾਈਮ ਇਹ ਨਹੀਂ ਕਿ ਮੈਂ ਪਰੇਸ਼ਾਨ ਹਾਂ ਜਾਂ ਮੈਂ ਇਹਨਾਂ ਲੋਕਾਂ 'ਤੇ ਹੱਸਦੀ ਹਾਂ ਵੀ ਦੇਖੋ ਇੱਕ ਲੜਕੀਆਂ ਨੇ ਆਪਦੇ ਘਰ ਇੰਨਾ ਫਰੀ ਟਾਈਮ ਹੈਗਾ ਕਿ ਜਿਹੜਾ ਆਪਣੀ ਭਰਜਾਈ ਦਾ ਘਰ ਬਰਬਾਦ ਕਰਤਾ। ਇੱਕ ਚੀਜ਼ ਨਹੀਂ ਮੈਂ ਚੱਕੀ ਸੀ, ਇੱਕ ਚੀਜ਼ ਵੀ ਆਪਣੇ ਸਹੁਰੇ ਪਰਿਵਾਰ 'ਚੋਂ, ਸਾਰਾ ਕੁਛ ਮੈਂ ਆਪਣੇ ਆਪਦੇ ਪੈਸਿਆਂ ਨਾਲ ਬਣਾਇਆ, ਆਪਦੇ ਪਤੀ ਦੀ ਕਮਾਈ ਦੇ ਵਿੱਚੋਂ ਬਣਾਇਆ। ਮੁੰਡਾ ਚਾਹੇ ਉਹਨਾਂ ਦਾ ਔਰ ਹੈ ਵੀ ਉਹਨਾਂ ਦਾ ਤਾਂ ਰਹੇਗਾ ਵੀ ਉਹਨਾਂ ਦਾ, ਮੈਂ ਨਹੀਂ ਕਹਿੰਦੀ ਹੈਗੀ। ਪਰ ਜਿਸ ਹਿਸਾਬ ਨਾਲ ਮੈਂ ਸਮਾਨ ਬਣਾਇਆ ਨਾ, ਹਰ ਇੱਕ ਸਮਾਨ ਦੀ ਮੈਨੂੰ ਵੈਲਿਊ ਕੀਮਤ ਸਭ ਕੁਛ ਪਤਾ ਹੈਗਾ। ਇਹ ਨਹੀਂ ਕੋਈ ਕਹਿ ਸਕਦਾ ਕਿ ਸਾਡੇ ਘਰੋਂ ਆਈ, ਹੈ ਨਾ, ਅਤੇ ਸਾਡੀ ਮਾਂ ਦਾ ਸਮਾਨ ਚੱਕ ਕੇ ਲੈ ਗਈ ਜਾਂ ਸਾਡੀ ਮਾਂ ਦਾ ਕੀਤਾ ਨਹੀਂ। ਕੀਤਾ ਵੀ ਹੈ ਪਰ ਜਦੋਂ ਬਸ, ਹੁਣ ਮੈਂ ਕੁਛ ਨਹੀਂ ਕਹੂੰਗੀ ਤੁਹਾਨੂੰ, ਜੋ ਕੁਛ ਕਹਿਣਾ ਸੀ ਮੈਂ ਸਭ ਨੂੰ ਦੱਸ ਚੁੱਕੀ ਹਾਂ। ਕੋਈ ਗੱਲ ਨਹੀਂ, ਤੋੜਦੇ ਨਾ ਮੇਰੀ ਜਾਨੋ ਨਾ ਮੇਰੀ ਗੁੱਡੂ। ਮੈਂ ਆਈ ਹੋਈ ਹਾਂ ਆਪਣੀ ਫਰੈਂਡ ਦੇ ਘਰ, ਅਤੇ ਹੁਣ ਮੈਂ ਇੱਕ ਘੰਟਾ ਹੋ ਗਿਆ, 6 ਵੱਜ ਚੁੱਕੇ ਹੈ। ਹੁਣ ਥੋੜ੍ਹੀ ਦੇਰ ਤੱਕ ਮੈਂ ਜਾਊਂਗੀ ਘਰ, ਗੱਪਾਂ ਸ਼ੱਪਾਂ ਮਾਰ ਰਹੇ ਹਾਂ ਬੈਠ ਕੇ, ਉਹ ਕਿਤੇ ਗਏ ਹੋਏ ਆ। ਉਹਨੇ ਹੋਰ ਸਮਾਨ ਲੈਣਾ ਸੀ, ਉਹਨੇ ਮੈਨੂੰ ਦੇ ਦਿੱਤਾ। ਅੱਛਾ, ਇਹ ਮੈਡਮ ਲੈਣ ਗਈ ਸੀ ਅੰਡੇ, ਹੈ ਨਾ, ਅੰਡੇ ਲੈਣ ਗਈ ਸੀ ਨੀਨਾ, ਅੰਡੇ।